ਹੋਰ ਲੇਖਕਾਂ ਬਾਰੇ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਵੇਂ ਵੀਡੀਓ ਦੇਖਣ ਲਈ ਦਬਾਓ ਬੈਲ ਆਈਕਨ। ਮਹਾਦੇਵੀ ਵਰਮਾ ਹਿੰਦੀ ਕੇ ਸਰਵਾਧਿਕ ਪ੍ਰਤਿਭਾਵਾਨ ਕਵਿਤਰੀ ਮੇਂ ਸੇ ਹੈ। ਵੇ ਹਿੰਦੀ ਸਾਹਿਤ੍ਯ ਮੇਂ ਛਾਇਆਵਾਦੀ ਜੋ ਕਿ ਚਾਰ ਪ੍ਰਮੁੱਖ ਸਤੰਭੋਂ ਮੇਂ ਸੇ ਏਕ ਮਾਨੀ ਜਾਤੀ ਹੈ। ਆਧੁਨਿਕ ਹਿੰਦੀ ਸਾਹਿਤ੍ਯ ਮੇਂ ਉਨ੍ਹੇਂ ਆਧੁਨਿਕ ਮੀਰਾ ਕੇ ਨਾਮ ਸੇ ਵੀ ਜਾਣਾ ਜਾਤਾ ਹੈ। ਕਵੀ ਨਿਰਾਲਾ ਨੇ ਉਨ੍ਹੇਂ ਹਿੰਦੀ ਕੇ ਵਿਸ਼ਾਲ ਮੰਦਿਰ ਕੀ ਸਰਸਵਤੀ ਵੀ ਕਹਾ ਹੈ। ਮਹਾਦੇਵੀ ਨੇ ਸਵਤੰਤਰਤਾ ਕੇ ਪਹਿਲੇ ਕਾ ਭਾਰਤ ਵੀ ਦੇਖਾ ਔਰ ਉਸਕੇ ਬਾਅਦ ਕਾ ਵੀ। ਸਵਤੰਤਰਤਾ ਕੇ ਸਮੇਂ ਦੇਸ਼ ਭੀਤਰ ਮਚੀ ਹਾਹਾਕਾਰ ਕੋ ਉਨ੍ਹੋਂਨੇ ਦੇਖਾ ਪਰਖਾ ਔਰ ਕਰੁਣ ਹੋਕਰ ਅੰਧਕਾਰ ਕੋ ਦੂਰ ਕਰਨੇ ਵਾਲੀ ਦ੍ਰਿਸ਼ਟੀ ਦੇਣੇ ਕੀ ਕੋਸ਼ਿਸ਼ ਕੀ। ਉਨ੍ਹੋਂਨੇ ਮਨ ਕੀ ਪੀੜਾ ਕੋ ਇਸ ਪ੍ਰਕਾਰ ਪੇਸ਼ ਕੀਆ ਕਿ ਦੀਪਸ਼ਿਖਾ ਮੇਂ ਵਹਿ ਜਨ ਜਨ ਕੀ ਪੀੜਾ ਕੇ ਰੂਪ ਮੇਂ ਸਥਾਪਿਤ ਹੋਈ ਔਰ ਉਨਸੇ ਪਾਠਕੋਂ ਕੇ ਸਾਥ ਸਾਥ ਸਮੀਕਸ਼ਕ ਵੀ ਪ੍ਰਭਾਵਿਤ ਹੋਏ। ਮਹਾਦੇਵੀ ਵਰਮਾ ਨੇ ਖੜੀ ਬੋਲੀ ਹਿੰਦੀ ਕੀ ਕਵਿਤਾ ਮੇਂ ਉਸ ਕੋਮਲ ਸ਼ਬਦਾਵਲੀ ਕਾ ਵਿਕਾਸ ਕੀਆ ਜੋ ਅਭੀ ਤੱਕ ਕੇਵਲ ਬ੍ਰਜ ਭਾਸ਼ਾ ਮੇਂ ਹੀ ਸੰਭਵ ਮਾਨੀ ਜਾਤੀ ਥੀ। ਇਸਕੇ ਲੀਏ ਉਨ੍ਹੋਂਨੇ ਆਪਣੇ ਸਮੇਂ ਕੇ ਅਨੁਕੂਲ ਸੰਸਕ੍ਰਿਤ ਤਥਾ ਬਾਂਗਲਾ ਕੇ ਕੋਮਲ ਸ਼ਬਦੋਂ ਕਾ ਜਾਮਾ ਪਹਿਨਾਇਆ। ਮਹਾਦੇਵੀ ਵਰਮਾ ਨੇ ਅਧਿਐਨ ਸੇ ਆਪਣੇ ਕਾਰਜ ਜੀਵਨ ਕੀ ਸ਼ੁਰੂਆਤ ਕੀ ਔਰ ਅੰਤਿਮ ਸਮੇਂ ਤੱਕ ਮੈਂ ਪ੍ਰਯਾਗ ਮਹਿਲਾ ਵਿਦਿਆਪੀਠ ਕੀ ਪ੍ਰਧਾਨ ਚਾਤੀ ਰਹੀ। ਪ੍ਰਤਿਭਾਵਾਨ ਕਵਿਤਰੀ ਔਰ ਗਦ ਲੇਖਿਕਾ ਮਹਾਦੇਵੀ ਵਰਮਾ ਸਾਹਿਤ ਔਰ ਸੰਗੀਤ ਮੇਂ ਨਿਪੁੰਨ ਹੋਣੇ ਕੇ ਸਾਥ ਸਾਥ ਕੁਸ਼ਲ ਚਿੱਤਰਕਾਰ ਔਰ ਸਿਰਜਣਾਤਮਕ ਅਨੁਵਾਦਕ ਵੀ ਥੀ। ਭਾਰਤ ਕੇ ਸਾਹਿਤ ਆਕਾਸ਼ ਮੇਂ ਮਹਾਦੇਵੀ ਵਰਮਾ ਕਾ ਨਾਮ ਧਰੁਵ ਤਾਰੇ ਕੇ ਭਾਂਤੀ ਪ੍ਰਕਾਸ਼ਮਾਨ ਹੈ। ਗਤ ਸ਼ਤਾਬਦੀ ਕੀ ਸਰਵਾਧਿਕ ਲੋਕਪ੍ਰਿਯ ਮਹਿਲਾ ਸਾਹਿਤਕਾਰ ਕੇ ਰੂਪ ਮੇਂ ਵੇ ਜੀਵਨ ਭਰ ਪੂਜਨੀਏ ਬਣੀ ਰਹੀ। ਮਹਾਦੇਵੀ ਵਰਮਾ ਕਾ ਰਚਨਾ ਸੰਸਾਰ ਅਤਿਅੰਤ ਵਿਆਪਕ ਹੈ ਜਿਸਮੇਂ ਗਦ ਪਦ ਚਿੱਤਰਕਲਾ ਔਰ ਬਾਲ ਸਾਹਿਤ ਸਭੀ ਸਮਾਏ ਹੋਏ ਹੈ। ਉਨਕਾ ਰਚਨਾ ਕਾਲ ਵੀ 50 ਸੇ ਅਧਿਕ ਵਰਸ਼ੋਂ ਤੱਕ ਫੈਲਾ ਹੁਆ ਹੈ ਔਰ ਅੰਤਿਮ ਸਮੇਂ ਤੱਕ ਮੈਂ ਕੁਛ ਨਾ ਕੁਛ ਲਿਖਤੀ ਰਹੀ। ਉਨ੍ਹੋਂਨੇ 8 ਕਵਿਤਾ ਸੰਗ੍ਰਹਿ ਲਿਖੇ ਔਰ ਬਹੁਤ ਸੇ ਗੀਤ ਸੰਸਮਰਣ ਰੇਖਾ ਚਿੱਤਰ ਨਿਬੰਧ ਸੰਗ੍ਰਹਿ ਤਥਾ ਲਲਿਤ ਨਿਬੰਧੋਂ ਕਾ ਸੰਗ੍ਰਹਿ ਇਤਿਆਦਿ ਰਚਨਾਏ ਸਾਹਿਤ ਕੋ ਦੀ। ਆਧੁਨਿਕ ਹਿੰਦੀ ਸਾਹਿਤ ਕੀ ਆਧੁਨਿਕ ਮੀਰਾ ਕੇ ਨਾਮ ਸੇ ਜਾਣੀ ਜਾਣੇ ਵਾਲੀ ਮਹਾਦੇਵੀ ਵਰਮਾ ਕੋ ਹਿੰਦੀ ਸਾਹਿਤ ਕੇ ਸਭੀ